Alhamdulillahi Rabbil Alameen Ar-Rahman Ar-Rahim Malik Yawmiddin Ya Ka Nahbudu Wa Ya Ka Nastain اهدنا الصراط المستقيم صراط الذين أنعمت عليهم غير المغضوب عليهم ولا الضالين بسم الله الرحمن الرحيم نجني واخلصني بحق بسم الله الرحمن الرحيم نجني واخلصني بحق بسم الله الرحمن الرحيم يا الله يا محمد يا علي يا حسين فاطمه Allahumma salli ala Muhammad wa ali Muhammad Baawaz buland salawat تو سمومنا دائی مقدس مقام تے تہر مقام تے پاک مقام تے ٹورایا زہرہ دلال منظور تے مقبول فرمائے بانیان مجالس دی پھوڑی وچھائی سرکار خجت قائم آل محمد منظور تے مقبول فرمائے بڑے سوہنے استقبال دے نال زہرہ دے چندی مجلس پہ سن دیو لہٰذا جتنے منٹ میں نوکری آل محمد دی دیما توجہ نال سماعت فرمایا ہے تو سا صلوات پڑھو میں نوکری شروع کرو اعوذ باللہ من الشیطان الرجیم بسم اللہ الرحمن الرحیم کریم دی ذات صلوات الحمدو للہ رب العالمین نبی دی ذات صلوات السلام اشرف الانبیاء والمرسلین نبی دی ذات صلوات و آل طیبین الطاہرین المعصومین و لعنت اللہ علیہ قوم الظالمین و منافقین بے شمار ایک سلام خطبہ ختم حسب عادت ایک دو شعر مسدس تے پیش کرے نا جس جس مقام تے بیٹھے ہو پڑھے لکھے لوگ بیٹھے ہو دور دور تو آئے بیٹھے ہو قدردان بیٹھے ہو
ਦਸਾਂ ਨਾ ਚਾਹਨਾ ਹੁਸੈਨ ਵਸਤਾ ਕਿਵੇਂ ਹਾ ਸੁਭਾਨ ਅੱਲਾਹ ਤੇ ਹੁਸੈਨ ਉਜੜਿਆ ਕਿ ਸਰਤਾ ਜੇ ਅੰਬੀਆ ਕਾ ਕਦਰਦਾਨ ਬੈਠੇ ਹੋ ਆਬਾਦ ਰਹੋ ਸਲਵਾਤ ਪੜੋ ਸੋਹਣੇ ਦੇ ਨਾਮ ਤੇ ਮੋਸਨ ਇਨਸਾਨੀਅਤ ਸ਼ਾਮ ਦੇ ਫਿਕਰੇ ਪੈ ਕਰ ਹੁਰੀਅਤ ਸ਼ਾਮ ਦੇ ਫਿਕਰੇ ਤਾਜਦਾਰੇ ਸ਼ਰੀਅਤ ਦੇ ਸ਼ਾਨ ਦੇ ਫਿਕਰੇ ਅਬਾਸ ਦੇ ਆਕਾ ਦੇ ਸ਼ਾਨ ਦੇ ਫਿਕਰੇ ਉਹ ਇਮਾਮ ਦੇ ਸ਼ਾਨ ਦੇ ਫਿਕਰੇ ਜਿਹੜਾ ਨਮਾਜ਼ ਨਾ ਪੜਿਆ ਨਮਾਜ਼ ਨਮਾਜ਼ ਨਾ ਹੋਵਿਆ ਬੜੀ ਮਿਹਰਬਾਨੀ ਜਿਹੜਾ ਦੀਨ ਦੀ ਕਾਜੇ ਤਾਂ ਹੀ ਤਾਂ ਪਿਆ ਪੜਦਾ ਸਰਤਾਜ ਜੇ ਅੰਬੀਆ ਕਾ ਪਿਆਰਾ ਆਦਨ ਸ਼ੀਆ ਰੋਂਦਨ ਸ਼ੀਆ ਪਿੱਟੇ ਦਿਨ ਤੂੰ ਇਹ ਕਿਉਂ ਨਹੀਂ ਆਦਾ ਸ਼ੀਆ ਜੀਂਦੇ ਕਿਉਂ ਵਧ ਇਹ ਜੀਆ ਦਰਦ ਕਬਰ ਦੀ ਕੰਧਾ ਤਾਰੂ ਸਾਏ ਕਿਹੜਾ ਦਰਦ ਰੋਤੇ ਆਏ ਦੁਨੀਆ ਮੈਂ ਗੁਲਫਾ ਮਿਸਲੀਏ ਮਾਂ ਦੀ ਮਲਕੀਆ ਜੁਹਾਈ ਆਬਾਦ ਰਹੇ ਕਾਇਨਾਤ ਦੇ ਵਾਰਿਸ ਜੁਹਾਏ ਦਰਿਆਵਾਂ ਦੇ ਮਾਲਕ ਜੁਹਾਏ ਕਦਮੋ ਮੈਂ ਥਾ ਫੁਰਾ ਤੂੰ ਪਿਆਸਾ ਆਬਾਦ ਰਹੇ ਆਬਾਦ ਰਹੇ ਬਿਸਮਿਲਾ ਬਿਸਮਿਲਾ ਜਿੱਤ ਜਿੱਤ ਬੈਠਾ ਹੈ ਇੱਕ ਪੁਰਾਣਾ ਜਬਾਦ ਪੜਨਾ ਬਿਲਕੁਲ ਪੁਰਾਣਾ ਪੜਦਾ ਪੀਆ ਗਿਨ ਅਜਰ ਹਾਲਤ ਮਾਤੂ ਆਵੇ ਤੇ ਆ ਗਈ ਫੁੱਫੀਆਂ ਦੇ ਕੋਲੇ ਬੈਠਾ ਜ਼ੇਵਰ ਗਿਣਦਈ ਉਹਨਾਂ ਰੋਲ ਮੋਇਆ ਦੇ ਰਾਤ ਰੋਵੇ ਮੋਦਾ ਬੋਲ ਗੇਨ ਅਜਾ ਰਿਸਾਲਾ ਤੂੰ ਉਮਾ ਤੂੰ ਆਵੇ ਤੇ ਆ ਗਈ ਫੁੱਫੀਆਂ ਦੇ ਕੋਲੇ ਤੇ ਬੈਠਾ ਜ਼ੇਵਰ ਗਿਣਦੇ ਉਹਨਾਂ ਰੋਲ ਮੋਈਆਂ ਨੇ ਰਾਤ ਰੋਵੇ ਮੋਹਨਾ ਰੋਮਲੇ ਤਮੇ ਦਰ ਵੇਖੇ ਮੋਹਨਾ ਬੜਾ ਲਫ਼ਜ਼ ਆ ਗਿਆ ਗੇਲ ਅਜਾਰ ਰਿਸਾਲਾ ਤੂੰ ਉਮਾ ਤੂੰ ਆਵੇਦ ਯਾਨੀ ਦੀਨ ਦੀ ਉਜਰਤ ਮੁਸਲਮਾਨਾਂ ਉਜਰਾ ਦਿੱਤੀ ਹੈ ਤੇ ਆ ਗਈ ਫੁੱਫੀਆਂ ਦੇ ਕੋਲੇ ਤੇ ਬੈਠਾ ਜ਼ੇਵਰ ਗਿਣਦੇ ਬੈਠਾ ਜ਼ੇਵਰ ਗਿਣਦੇ ਬੈਠਾ ਜ਼ੇਵਰ
ਬੈਠਾ ਸੇਵਰ ਗਿਣਦੇ ਉਹਨਾ ਰੋਲ ਮੋਇਆ ਦੇ ਰੱਗ ਰੋਵੇ ਮੋਹਨਾ ਮੋਹਨਾ ਬੜਾ ਮਸਾ ਹੈ ਮੋਹਨ ਉਹ ਮੈਂ ਸਦਕੇ ਜਾਵਾਂ ਹੱਥ ਕੱਢਿਆ ਮਾਂ ਅਸਗਰ ਦੀ ਦੁਆ ਭੇੜੀ ਬਾਲ ਸ਼ਾਲਾ ਵਸਦੇ ਰਹੋ ਭਾਈ ਇਤਨੀ ਦੇਰ ਲੱਗਦੀ ਹੰਜ ਪੂਜ ਕੇ ਸਲਵਾਤ ਕਿੱਸਾ ਇਬਾਦਤ ਹੋ ਗਿਆ ਮੁਕੰਮਲ ਬੇਆਈ ਸਮੇਂ ਜਲਦੀ ਜਲਦੀ ਇਬਾਦਤ ਦਾ ਕਰਾਂ ਮੁਕੰਮਲ ਇਸ ਸ਼ਾਹ ਕੇ ਦਰਬਾਰ ਮੇਂ ਜੋ ਆਤਾ ਹੈ ਇਸ ਸ਼ਾਹ ਕੇ ਦਰਬਾਰ ਮੇਂ ਜੋ ਆਤਾ ਹੈ ਵੱਲਾ ਜੋ ਚਾਹੇ ਸੋ ਪਾਤਾ ਹੈ ਇਸ ਸ਼ਾਹ ਕੇ ਦਰਬਾਰ ਮੇਂ ਜੋ ਆਤਾ ਹੈ ਵੱਲਾ ਜੋ ਚਾਹੇ ਸੋ ਪਾਤਾ ਹੈ ਅਗਰ ਰਜ਼ੀਲ ਚਾਹੇ ਕਿ ਮੈਂ ਸ਼ਰੀਫ ਹੋ ਜਾਊਂ ਹੈਦਰ ਕੀ ਮਦਾ ਖਾਨੀ ਸੇ ਹੋ ਜਾਤਾ ਹੈ ਬੜੀ ਬਹੁਤ ਬੜੀ ਬਿਸਮਿਲ੍ਲਾ ਮੈਂ ਨੌਕਰ ਬਿਸਮਿਲ੍ਲਾ ਸੈਦ ਦੁਆ ਮੰਗਦਾ ਮੇਰੇ ਅੱਲਾ ਆਪਣੇ ਖਜ਼ਾਨੇ 'ਚ ਦੇ ਕਿਸੇ ਦੇ ਮੁਹਤਾਜ ਨਾ ਕਰ ਕਿਬਲਾ ਕਾਜ਼ੀ ਸਾਹਿਬ ਕਤਰੇ ਕੁ ਰਹੀਮੇ ਬਹਿਰੇ ਮਵਾਜ ਨਾ ਕਰ ਮੇਰੇ ਅੱਲਾ ਆਪਣੇ ਖਜ਼ਾਨੇ 'ਚ ਦੇ ਕਿਸੇ ਦੇ ਮੁਹਤਾਜ ਨਾ ਕਰ ਕਤਰੇ ਕੁ ਰਹੀਮੇ ਬਹਿਰੇ ਮਵਾਜ ਨਾ ਕਰ ਕਤਰੇ ਕੁ ਰਹੀਮੇ ਬਹਿਰੇ ਮਵਾਜ ਨਾ ਕਰ ਸ਼ਰਮਿੰਦਾ ਅਹਿਲੇ ਦੌਲਤ ਤੋ ਤਾਜ ਨਾ ਕਰ ਯਾ ਰੱਬ ਕਸਮ ਹੈ ਤੁਝੇ ਰੂਹ ਯਦੁੱਲਾ ਕੀ ਦਾਏ ਹੱਥ ਕੋ ਬਾਏ ਹੱਥ ਕਾ ਮੌਤਾਜ ਨਾ ਕਰ ਬੜੀ ਮਿਹਰ ਬੜੀ ਮਿਹਰ ਬਿਸਮਿਲ੍ਲਾ ਆਵਾ ਇਤਮਿਨਾਨ ਨਾ ਕਤਰੇ ਕੋ ਰਹੀਮੇ ਬਹਿਰੇ ਮਵਾਜ ਨਾ ਕਰ ਕਤਰੇ ਕੋ ਰਹੀ ਦੁਆ ਪਿਆ ਮੰਗਦਾ ਕਤਰੇ ਕੋ ਰਹੀਮੇ ਬਹਿਰੇ ਮਵਾਜ ਨਾ ਕਰ ਸ਼ਰਮਿੰਦਾ ਅਹਿਲੇ ਦੌਲਤ ਤੋ ਤਾਜ ਨਾ ਕਰ ਯਾ ਰੱਬ ਕਸਮ ਹੈ ਤੁਝੇ ਰੂਹ ਯਦੁੱਲਾ ਕੀ ਦਾਏ ਹੱਥ ਕੋ ਬਾਏ ਹੱਥ ਕਾ ਮੌਤਾਜ ਨਾ ਕਰ ਮੌਤਾਜ ਆਓ ਬਾਬਾ ਜੀ ਬੁਲੰਦ ਸਲਵਾਤ ਫਰਮਾਇਸ਼ ਤਾਂ ਹੈ ਮੈਨੂੰ ਜਿਹੜੀ ਕੱਲ੍ਹ ਦੋ ਰੁਬਾਈ ਤੁਸੀਂ ਪੜ੍ਹੀਆਂ ਕਾਫੀ ਲੋਕ ਆ ਕੇ ਫਿਰ ਸੁਣਾਓ ਮਗਰ ਟਾਈਮ ਨਹੀਂ ਮੈਂ ਜਲਦੀ ਜਲਦੀ ਇਹ ਕਸੀਦਾ ਜੀ ਅੱਛਾ ਸਰਕਾਰ ਬਜ਼ੁਰਗ ਦਾ ਹੁਕਮ ਸਰਦਾਰ ਦਾ ਦੂਰ ਦੂਰ ਤੋਂ ਲੋਕ ਆਏ ਬੈਠੇ ਹੋ ਫਰਮਾਇਸ਼ ਪੂਰੀ ਕਰ ਦੇਵਾਂ ਦੋ ਰੁਬਾਈਆਂ ਕਿਬਲਾ ਕਾਜ਼ੀ ਸਾਹਿਬ ਮੌਲਤ ਨੂੰ ਰੰਗ ਲਾਵੇ ਮੌਲਤ ਨੂੰ ਸਿਹਤ ਦੇਵੇ ਜਿਤਨੇ ਮੋਮਨ ਆ ਬੈਠੇ ਮੈਂ ਗਰੀਬ ਸਹੀਦ ਦੁਆ ਜਿਹੜੇ ਮਕਸਦ ਲੈ ਕੇ ਆਏ ਪੂਰੇ ਹੁਸਨ ਹਲਾਲੀ ਔਰ ਹਰਾਮੀ ਦੀ ਪਹਿਚਾਨ ਲਫ਼ਜ਼ ਅਲੀ ਹੈ ਹਲਾਲੀ ਔਰ ਹਰਾਮੀ ਦੀ ਪਹਿਚਾਨ ਲਫ਼ਜ਼ ਅਲੀ ਹੈ ਖੁਸ਼ ਕਿਸਮਤ ਉਹ ਬੰਦਾ ਜਿਹਦਾ ਰਹਿਬਰ ਹਸਨੈਨ ਦਾ ਬਾਬ ਹੈ ਖੁਸ਼ ਕਿਸਮਤ ਉਹ ਬੰਦਾ ਜਿਹਦਾ ਰਹਿਬਰ ਹਸਨੈਨ ਦਾ ਬਾਬ ਹੈ ਬਦਕਿਸਮਤ ਉਹ ਬੰਦਾ ਜਿਹੜਾ ਮੁਹੱਬਤ ਅਲੀ ਤੋਂ ਫਾਰਿਗ ਹੈ ਦੋ ਰੁਬਾਈਆਂ ਆਪਣੇ ਸਰਦਾਰ ਦੀ ਸ਼ਾਨ ਦੀਆਂ ਜਨਾਬੇ ਅਨੀਸ ਜਨਾਬੇ ਦਬੀਰ ਇਹਨਾਂ ਲਿਖੀ ਅੱਜ ਕੱਲ੍ਹ ਦੇ ਸ਼ਹਿਰਾਂ ਦੀ ਸ਼ਾਇਰੀ ਨਹੀਂ ਕਾਜ਼ੀ ਸਾਹਿਬ ਜਨਾਬੇ ਅਨੀਸ ਜ਼ੇਨ ਮਤ ਰੱਖੇ ਬਿਲਾਏ ਅਲੀ ਦਾ ਨਸ਼ਾ ਸੀ ਇਹ ਆਂਦੇ ਸਾਲ ਤੱਕ ਮਜਲਿਸ ਜਾਦਰਾ ਸੀ ਜ਼ੇਨ ਮਤ ਰੱਖੇ ਬੁਖਾਰੀ ਸੈਯਦਾ ਕਰਬਲਾ ਦਾ ਜ਼ਵਾਰਾ ਜਨਾਬੇ ਅਨੀਸ ਜਨਾਬੇ ਦਬੀਰ ਅਨੀਸ ਕੌਮ ਦਾ ਸੈਯਦ ਕਿਬਲਾ ਦਬੀਰ ਕੌਮ ਦਾ ਉਮਤੀ ਇੱਕ ਮਕਾਮ ਤੇ ਇਕੱਠੇ ਹੋਣ ਜਨਾਬੇ ਅਨੀਸ ਦੀ ਤਬੀਅਤ ਪਰੇਸ਼ਾਨ ਹੈ ਜਨਾਬੇ ਅਨੀਸ ਦੀ ਤਬੀਅਤ ਪਰੇਸ਼ਾਨ ਹੈ ਦਬੀਰ ਵੇਖ ਕੇ ਤਾਂ ਤੂੰ ਪਰੇਸ਼ਾਨ ਕਿਉਂ ਹੈ ਉਹ ਮੂਮਿਨ ਦੀ ਪਰੇਸ਼ਾਨੀ ਤਾਂ ਜਲਦੀ ਖਤਮ ਹੋ ਸਕਦੀ ਕਿਸ ਤਰ੍ਹਾਂ ਜਲਦੀ ਖਤਮ ਹੋ ਸਕਦੀ ਕੁਛ ਸ਼ਾਨ ਅਲੀ ਚ ਰੁਬਾਈ ਦੇ ਫਿਕਰੇ ਤੂੰ ਚ ਲਿਖ ਤੇ ਕੁਛ ਮੈਂ ਚ ਲਿਖਦਾ ਹਾਏ ਹਾਏ ਜਾ ਕੇ ਸੁਣ ਕੁਛ ਤੂੰ ਚ ਲਿਖ ਕੁਛ ਮੈਂ ਚ ਲਿਖਦਾ ਮੁਹਤਾਜ ਤਾਂ ਹੋਂਦੇ ਨਾਲ ਕਾਗਜ਼ ਕਲਮ ਦਾ ਵਾਤ ਮਗਾਈ
جناب انیس دبیر نوہدہ ہے، پہلے تو لکھ دبیر آہدہ ہے میں امتی، تو سید تیری جدہ کس ہے پہلے تو لکھ مختصر کرا قاضی صاحب، انیس سید دبیر امتی، سید امتی دا مخاطب ہو کے لکھتا ہے کونین کی تخلیق کا عنوان علی ہے۔ بسم اللہ بسم اللہ، میں نوکر کی بلا، کونین کی تخلیق کا عنوان علی ہے، حافظ خدا جس کا وہ قرآن علی ہے۔ کونین کی تخلیق کا عنوان علی ہے، حافظ خدا جس کا وہ قرآن علی ہے، حق یہ ہے کہ ایمان کا میزان علی ہے، مخلوق پہ اللہ کا احسان علی ہے۔ بسم اللہ بسم اللہ، مخلوق پہ اللہ کا احسان علی ہے، ہیں خاتم توحید پہ یہ نقش وفا کے قدرت نے قلم توڑ دیا ان کو بنا کے۔ بولے قاضی صاحب اگلے اور پچھلے جبرن داد لمت اپنی محنت سر تے داد لے سا، تو بخاری سے مصلی تے مسافر شان کو زاکری پہ نہیں، جناب دبیر جناب دبیر انیس رو ویکھ کے بہت اچھا لکھئی، بڑا سونا لکھئی، تیری جد دا قصہ، تو سید میں امتی کنے پوچھے علی دی شان کیا ہے، علی کس عزت دا مالک ہے، علی کس وقار دا مالک ہے، جناب دبیر انیس دا مخاطب ہو کے لکھتا ہے آدم کا کہیں نام نہ تھا جب سے علی ہے۔ نام کی تسبیح تو فرشتوں نے پڑھی ہے، ہم اس نقبی دے عاشق لوگ بیٹھے ہو، آباد رو آباد رو، اے اس شاعر دی محنت ہے جنہاں دی شاعری تے آل محمد دی مہر لگی، آباد اج کل دے شاعر نہیں، آدم کا کہیں نام نہ تھا، کتنی محنت دبیر دی، کتنی محنت دبیر دی، آدم کا کہیں نام نہ تھا جب سے علی ہے، اس نام کی تسبیح، او میں صدقے جاواں، او میں صدقے جاواں، اس نام کی تسبیح تو فرشتوں نے پڑھی ہے، جبریل کا استاد اللہ کا ولی ہے، جبریل کا استاد اللہ کا ولی ہے، ہے خاتم توحید پہ یہ نقش وفا کے آباد رہو، آدم کا کہیں نام نہ تھا جب سے علی ہے، اس نام کی تسبیح تو فرشتوں نے پڑھی ہے، جبریل کا استاد اللہ کا ولی ہے، دفتر توحید کا فرد ازلی ہے، اللہ نے جس وقت جہاں کو خلق کیا تھا اس وقت جہی مشورہ آئے در سے لیا تھا۔ آباد آباد آباد، اس وقت یہی مشورہ، اس وقت یہی مشورہ حیدر سے لیا، باواز بلند صلوات، اے پروگرام قصیدہ سناواں، سارے دا پروگرام ہے جی، بزرگ آدم
پرانے قصیدے سنا بالکل پرانے انہیں نا ٹھیک ہے جی بزرگ آدن کوئی زور ہی لگے میں تے کجوسی کیتی گدانی نوکر دا کام میں اپنے سردار دی نوکری صحیح مانے دے وی جی اب اس میں لگی بلا قاضی صاحب آدن بلا کوئی کام آپ شروع کر دیا نا کوئی کام شروع کر دیا ہے بسم اللہ تو شروع کر دیا کوئی کام بسم اللہ تو شروع کر دیا کوئی نیک کام اچھا ہو بسم اللہ تو شروع کر دیا ہے تو میں قصیدہ ہی بسم اللہ تو شروع کر دیا دروازہ جنت پہ جس دم مومن جائیں گے دیکھ کے حبداروں کو اس دم مولا یہ فرمائے گے بسم اللہ بسم اللہ دروازہ ہے جنت پہ جس دم مومن جائیں گے دروازہ جنت پہ جس دم مومن جائیں گے آباد رہو جناب مریم کعبے چائی جناب مریم کعبے چائی کعبے چو واپس بھیجی گئی ایک کعبہ اللہ دا گھر ہے اس سے زچا خانہ نہیں کعبہ اللہ دا گھر ہے اے زچا خانہ نہیں واپس چلی گئی اس تو بعد علی دی ماں فاطمہ بنت صدقے فاطمہ بنت اسد کعبے چ بلائی گئی کعبے چ جڑے پڑھ لکھے لوگ بیٹھے تاریخ نہ واسطے رکھو کعبے چ بلائی گئی دروازے بند آئے میری سین پریشان ہو کے واپس ولن لگی تے کیڑا جواب ہے کہ میں بھائی وسیسا کی مدد تو ہے علی کی مدد کعبہ میں جلدی آؤ آنے والا ہے حیدر آباد رو کی میں بھائی وسیسا کی مدد تو ہے علی کی مدد کعبہ میں جلدی آؤ ایک نیا در بنوائے گے مریم کیا ہے ہر بی بی سے تیری شان بڑھائے گے بسم اللہ آپ
ਇਹ ਕਸੀਦਾ ਹੋ ਗਿਆ। ਆਵਾਜ਼ ਰਹੋ ਆਪਣੇ ਸਰਦਾਰ ਦੀ ਸ਼ਾਨ ਦੱਸਾਂ। ਸਰਕਾਰ ਦੀ ਆਮਦ ਹੋਈ ਏ ਕਾਬੇ ਚ, ਪਾਕ ਰਸੂਲ ਚ ਆਇਆ ਹੈ। ਆ ਤੈਨੂੰ ਦੱਸਾਂ ਮੈਂ ਕਿਵੇਂ ਭਾਈ, ਅੱਲਾ ਕੇ ਘਰ ਮੇ ਆਇਆ ਨਾਤਿਕ ਕੁਰਾਨ ਹੈ ਜਿਸ ਦਮ ਕਹਾ ਨਬੀ ਨੇ ਆਪਣੇ ਭਾਈ ਕੋ ਮੋਸਟ ਵੈਲਕਮ। ਤਸ਼ਰੀਹ ਦਾ ਟਾਈਮ ਕੋਈ ਨਹੀਂ, ਤਸ਼ਰੀਹ ਦਾ ਟਾਈਮ ਕੋਈ ਨਹੀਂ, ਸਮਝਦਾਰ ਲੋਕ ਬੈਠੇ ਹੋ, ਤਲੀਮ ਯਾਫਤਾ ਲੋਕ ਬੈਠੇ ਹੋ, ਪਹਾੜ ਦੇ ਇਲਾਕੇ ਦਾ ਮਜਮਾ ਕਿਵੇਂ ਭਾਈ, ਅੱਲਾ ਕੇ ਘਰ ਮੇ ਆਇਆ ਗੁਰਿਆਨ ਹੈ ਜਿਸ ਨਾਮ ਕਹਾ ਨਬੀ ਨੇ ਆਪਣੇ ਭਾਈ ਕੋ ਮੋਸਟ ਵੈਲਕਮ। ਬੈਤੁੱਲਾ ਸੇ ਸੀਧਾ ਤੁਝ ਕੋ ਆਪਣੇ ਘਰ ਲੈ ਜਾਏਗੇ, ਹੋ ਬੈਤੁੱਲਾ ਸੇ ਸੀਧਾ ਤੁਝ ਆਪਣੇ ਘਰ ਲੈ ਜਾਏਗੇ, ਪਾਲੇਗੇ ਆਗੋਸ਼ ਮੇਂ ਫਿਰ ਆਪਣਾ ਦਾਮਾਦ ਬਣਾਏਗੇ। ਬਿਸਮਿਲ੍ਲਾ ਬਿਸਮਿਲ੍ਲਾ। ਤੁਸਾਂ ਜ਼ਿੰਦਾਬਾਦ, ਤੁਸਾਂ ਜ਼ਿੰਦਾਬਾਦ। ਇਹ ਕਸੀਦਾ ਕਾਜ਼ੀ ਸਾਹਿਬ ਦਾ ਹੁਕਮ ਹਾ, ਇਹ ਕਸੀਦਾ ਨਵਾਂ ਹੋ ਗਿਆ, ਮਗਰ ਹੁਣ ਇਹ ਬਜ਼ੁਰਗਾਂ ਦਾ ਹੁਕਮ, ਜਿਨ੍ਹਾਂ ਗੁਲਾਮ ਅਲੀ ਲੰਘਾ ਸੁਣਿਆ ਹੈ, ਅਹਿਮਦ ਬਾਈ ਭੱਟੀ ਸੁਣਿਆ ਹੈ, ਮੁਕੱਦਮੀਨ ਬਜ਼ੁਰਗ ਜ਼ਾਕਿਰ, ਜਿਨ੍ਹਾਂ ਦੀ ਜ਼ਾਕਰੀ ਦੀ ਮਿਹਨਤ ਆ, ਖੁਦ ਵੀ ਜ਼ਾਕਿਰ, ਖੁਦ ਵੀ ਜ਼ਾਕਿਰ, ਹੁਕਮ ਜ਼ਾਕਿਰ ਦੇਵੇ ਜ਼ਾਕਿਰ ਨੂੰ ਮੰਨਣਾ ਪੈਂਦਾ ਹੈ। ਅਸਾਂ ਦੁਨੀਆ ਦੇ ਵਿੱਚ ਚੁਣ ਚੁਣ ਕੇ ਹੋਰਾ ਪਰ ਪਰਾਏ ਹੋਏ ਨੇ, ਸ਼ਾਇਰੀ ਏ ਮੁਸੱਲੇ ਤੇ ਲਿਖਦੇ ਆ, ਤਹੱਜਦ ਦੇ ਟਾਈਮ ਬੈ ਕੇ ਲਿਖਦੇ ਆ। ਅਸਾਂ ਦੁਨੀਆ ਦੇ ਵਿੱਚ ਚੜ ਚੜ ਕੇ ਹੋਰਾ ਪਰ ਪਰਾਏ ਹੋਏ ਨੇ, ਅਸਾਂ ਦੁਨੀਆ ਦੇ ਵਿੱਚ ਚੜ ਚੜ ਕੇ ਹੋਰਾ ਪਰ ਪਰਾਏ ਹੋਏ ਨੇ, ਅਸਾਂ ਦੁਨੀਆ ਦੇ ਵਿੱਚ ਚੜ ਚੜ ਕੇ ਹੋਰਾ ਪਰ ਪਰਾਏ ਹੋਏ ਨੇ, ਜਿਨ੍ਹਾਂ ਠੋਕਰ ਕਦਮ ਦੀ ਮਾਰ ਕੇ ਮੁਰੋ ਤੇ ਚਿਵਾਏ ਹੋਏ ਨੇ। ਮਦੀਨੇ ਵਾਲੇ ਸਈਆ ਜੋ ਚਾਹੇ ਕਰ ਸਕਦੇ ਨੇ, ਜੋ ਚਾਹੇ ਕਰ ਸਕਦੇ ਨੇ। ਸ਼ਹਿਨਸ਼ਾਹ ਨੂੰ ਗਦਾਗਰ, ਗਦਾਗਰ ਨੂੰ ਸ਼ਹਿਨਸ਼ਾਹ ਜ਼ੇਨ ਮਦ ਰੱਖੇ, ਸ਼ਾਇਰਾਂ ਦੀ ਮਿਹਨਤ, ਬਜ਼ੁਰਗਾਂ ਦੀ ਮਿਹਨਤ, ਮੁਸੱਲੇ ਤੇ ਬਹਿ ਕੇ ਲਿਖਿਓ ਕਸੀਦੇ। ਆ ਤੇ ਦੱਸਾਂ ਮੈਂ ਕਿਵੇਂ ਭਾਈ, ਅਗਰ ਚਾਹੇ ਲੈ ਜ਼ਮੀਂ ਕੋ ਕਰੇ ਸਮਾ ਛੋੜ ਲੈ, ਅਗਰ ਚਾਹੇ ਲੈ ਜ਼ਮੀਂ ਕੋ ਕਰੇ ਸਮਾ ਛੋੜ ਲੈ, ਫਕੀਰਾ ਕੋ ਜਮਲ ਦਾ ਚਾ ਬੜਾ ਛੋੜ ਲੈ, ਫਕੀਰਾ ਕੋ ਜਮਲ ਦਾ ਚਾ ਬੜਾ ਛੋੜ ਲੈ, ਕੁੱਤਾ ਦਾ ਫਰਕ ਦਾ ਮੁਖਤਾਰ ਨਾ ਕਰ ਤਕਰਾਰ, ਜਮਲ ਸਰਦਾਰ ਸ਼ਤੁੱਲਾ ਬਣ ਕੇ ਗਈ ਵਾਰੇ ਲੱਥੇ ਹੋਏ ਸੱਚ ਫਲਾਏ ਹੋਏ। ਆਬਾਦ ਰਹੋ,
ਜਿਹੜਾ ਘਰੋਂ ਨੀਅਤ ਲੈ ਕੇ ਆਇਆ ਹੈ ਬੜਾ ਮਸਾਇਬ ਸੁਣਿਆ ਈ ਬੜਾ ਫਜ਼ਾਇਲ ਸੁਣਿਆ ਈ ਬੜੇ ਦੂਰ ਦੂਰ ਤੋਂ ਲੋਕ ਆਏ ਬੈਠੇ ਹੋ ਕਾਹੇ ਕਮੀਲ ਕਰਨਾ ਹੈ ਕਾਹੇ ਦੋ ਮੀਲ ਕਰਨੇ ਕਾਹੇ ਤ੍ਰੈ ਮੀਲ ਕਰਨੇ ਇਸ ਮਜਲਸ ਦੇ ਵਿੱਚ ਕਈ ਉਹ ਮੁਕਾਣੀ ਆਏ ਹੋਏ ਜਿੰਨਾ ਸ਼ਾਮ ਵੱਜਣਾ ਹੈ ਸਵੇਰ ਤੋਂ ਮਜਲਸ ਸ਼ੁਰੂ ਹੋਈ ਏ ਕਾਫੀ ਟਾਈਮ ਗੁਜ਼ਰ ਗਿਆ ਏ ਸੈਯਦਾ ਦੁਆ ਮੰਗਦਾ ਸ਼ਾਲਾ ਕਿਸੇ ਜ਼ਈ ਪਿਓ ਨੂੰ ਜਵਾਨ ਪੁੱਤਰ ਦੀ ਲਾਸ਼ ਨਾ ਚਾਵਣੀ ਦੱਸ ਤੂੰ ਆ ਜਹਾਨ ਉੱਤੇ ਪਿਓ ਪੁੱਤਰ ਦੀ ਲਾਸ਼ ਨਹੀਂ ਚਾਹੀਦਾ ਤੇ ਬਿਲ ਫਰਜ਼ ਜੇ ਚਾਵਣੀ ਪਾਏ ਵੰਨੋ ਸੇ ਕਮ ਕਮ ਕੇ ਹੱਥ ਹੱਥ ਲੈ ਹੱਥ ਜੀ ਜੀ ਆ ਬਾਦ ਜੀ ਜੀ ਨਹੀਂ ਚਾਹੀਦਾ ਤੇ ਬਿਲ ਫਰਜ਼ ਜੇ ਚਾਵਣੀ ਪਾਏ ਵੰਨੋ ਸੇ ਕੰਮ ਕੰਮ ਕੇ ਹੱਥ ਹੱਥ ਓ ਮੈਂ ਸਦਕੇ ਰੋਣੇ ਤਾਂ ਮੈਂ ਫਿਰ ਵੇਖੇ ਹਾਜੀ ਮੈਂ ਸਦਕ ਹੁਸੈਨ ਦੀ ਗੁਰਬਤ ਤੂੰ ਪਤਾ ਪੁੱਤਰ ਦੀ ਲਾਸ਼ ਗੁਲੇਂਦਾ ਹੈ ਲੱਭ ਪਈ ਹੈ ਸੋ ਨੇ ਸੋ ਮੂੰਹ ਚੁੰਮਿਆ ਬੈਠਾ ਤਾ ਦੁਲਹਨ ਕੇ ਚਾਹੀਦਾ
ਪੁੱਤਰ ਦੀ ਲਾਸ਼ ਨਹੀਂ ਚੇਂਦਾ ਤੇ ਬੇਲ ਫਰਜ਼ ਜ ਛਾਵਣੀ ਪਾਏ ਬੰਨੋ ਸੇ ਕੰਬ ਕੰਬ ਕੇ ਹੱਥ ਹਾਏ 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 ਹੱਥ ਮੈਂ ਸਦਾ ਹੁਸੈਨ ਨਿਤ ਗੁਰਬਤ ਤੂੰ ਤੇ ਬਤਾ ਪੁੱਤਰ ਦੀ ਲਾਸ਼ ਗੁਲੇ ਦਾ ਇਤੇ ਜਦਾਂ ਲੱਭ ਪਈ ਸਾਂ ਮੈਂ ਸਮੋਚ ਮੈਂ ਆ ਬੈਠਾ ਤਾਂ ਕਲਹਨ ਕੇ